The Wire Team. चंडीगढ़ रोड पर चंडियाली गांव जहां गद्दू हर्निया का इलाज 200 फीट गहरे कुएं में लटकाकर इलाज करने का दावा किया जा रहा है, आज 21वीं सदी में अंधविश्वास फैलाया जा रहा है। क्या कुएं में लटकाने से इस तरह का भयंकर बीमारी जो है वो ठीक हो सकती है? लोगों को भ्रमित किया जा रहा है। बता दें कि 200 फीट गहरा कुआ है जिसमें बच्चों और युवकों को लटकाया जाता है। ये हादसे को दावत दे रहा है। इतने दिनों से गोरख धंधा चल रहा है, प्रशासन कुंकर्णी नींद में सोया हुआ है। तर्कशील सोसाइटी के प्रधान ने दावा किया है कि वो अपने मरीज को वहां भेजेंगे, अगर उसे ठीक कर दिया जाता है तो उन्हें 5 लाख रुपए का इनाम दिया जाएगा। उन्होंने लोगों से अपील करते हुए कहा है कि इस तरह की अंधविश्वास पेशाब की नाली से प्रेशर पैंदा है, ਇਹਨੂੰ ਚਾਹੇ ਤੁਸੀਂ ਉਲਟਾ ਲਟਕਾ ਲਓ ਚਾਹੇ ਸਿੱਧਾ ਲਟਕਾ ਲਓ, ਇਹਨੇ ਜਦ ਤੱਕ ਇਹਦਾ ਗਦੂਦ ਹੈਗੀ ਹੈ ਪ੍ਰੈਸ਼ਰ ਰਹੇਗਾ, ਇਹ ਨਹੀਂ ਠੀਕ ਹੋ ਸਕਦਾ। ਉਹ ਵਜੇਗਾ, ਹਰਨੀ ਵੀ ਹੋਰ ਵਧੇਗਾ ਅਤੇ ਹਾਈਡਰੋਸਿਲ ਵੀ ਹੋਰ ਵਧੇਗੀ। ਉਲਟਾ ਲਟਕਾਓਗੇ ਫਿਰ ਸ਼ਾਇਦ। ਮੈਂ ਮਾਸਟਰ ਰਜਿੰਦਰ ਭਦੌੜ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਦੇ ਤੌਰ 'ਤੇ ਇਸ ਵੇਲੇ ਕੰਮ ਕਰ ਰਿਹਾ। ਤਰਕਸ਼ੀਲ ਸੁਸਾਇਟੀ ਪੰਜਾਬ ਜਿਹੜੀ ਪਿਛਲੇ 35 ਸਾਲ ਤੋਂ ਬਣੀ ਹੋਈ ਹੈ ਅਤੇ ਅਜਿਹੀਆਂ ਗੈਬੀ ਸ਼ਕਤੀਆਂ ਨੂੰ ਚੈਲੰਜ ਕਰਦੀ ਹੈ ਕਿ ਇਸ ਧਰਤੀ ਦੇ ਉੱਤੇ ਕਿਸੇ ਕੋਲ ਵੀ ਕੋਈ ਅਜਿਹੀ ਸ਼ਕਤੀ ਨਹੀਂ ਹੈ ਜਿਹਨੂੰ ਗੈਬੀ ਸ਼ਕਤੀ ਬੋਲਿਆ ਜਾਂਦਾ, ਨਾ ਉਹ ਕਿਸੇ ਥਾਂ ਦੇ ਵਿੱਚ ਹੈ, ਨਾ ਉਹ ਕਿਸੇ ਵਿਅਕਤੀ ਦੇ ਵਿੱਚ ਹੈ। ਸ਼ਕਤੀ ਜੇ ਹੈ ਤਾਂ ਉਹ ਕੁਦਰਤ ਦੇ ਵਿਗਿਆਨ ਦੇ ਨਿਯਮਾਂ ਦੇ ਅੰਦਰ ਹੈ, ਸ਼ਕਤੀ ਜੇ ਹੈ ਤਾਂ ਉਹ ਮਨੁੱਖ ਦੇ ਪਾਸ ਹੈ। ਜਿੱਥੋਂ ਤੱਕ ਜੰਡਿਆਲੀ ਵਾਲੇ ਖੂਹ ਦੀ ਗੱਲ ਹੈ, ਬਿਲਕੁਲ ਉਹ ਉਸੇ ਤਰ੍ਹਾਂ ਦੀ ਗੱਲ ਹੈ ਜਿਸ ਤਰ੍ਹਾਂ ਇੱਕ ਲਾਈ ਅਲੱਗ ਸੁਭਾਅ ਦੇ ਤੌਰ 'ਤੇ ਲੋਕ ਜਾਂਦੇ ਆ ਜਿਹੜੇ ਬਹੁਤ ਲੰਬੇ ਸਮੇਂ ਤੋਂ ਪੀੜਿਤ ਹੁੰਦੇ ਆ, ਉਹਨਾਂ ਨੂੰ ਜਿੱਥੇ ਵੀ ਕਦੇ ਕਿਤੇ ਕਿਸੇ ਅਜਿਹੀ ਗੱਲ ਦੀ ਦੱਸ ਪੈਂਦੀ ਆ ਉੱਧਰ ਨੂੰ ਵਹੀਰਾਂ ਘੱਤ ਦਿੰਦੇ ਨੇ। ਅਤੇ ਬਹੁਤ ਵਾਰੀ ਵੇਖਿਆ ਇਹ ਵੀ ਗਿਆ ਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਤਾਂ ਉਸ ਬਿਮਾਰੀ ਦੇ ਰੋਗੀ ਵੀ ਨਹੀਂ ਹੁੰਦੇ, ਪਰ ਉਹ ਜਦੋਂ ਅਜਿਹੀ ਥਾਂ 'ਤੇ ਜਾਂਦੇ ਆ ਉਹ ਮਾਨਸਿਕ ਤੌਰ 'ਤੇ ਰਾਹਤ ਮਹਿਸੂਸ ਕਰਦੇ ਆ ਅਤੇ ਦੂਜਾ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਮੈਨੂੰ ਵੀ ਇਹ ਰੋਗ ਸੀ ਅਤੇ ਮੇਰੇ ਉੱਥੇ ਜਾਣ ਤੋਂ ਬਾਅਦ ਇੱਕ ਚੌਂਕੀ ਦੋ ਚੌਂਕੀਆਂ ਤਿੰਨ ਚੌਂਕੀਆਂ ਭਰਨ ਤੋਂ ਬਾਅਦ ਉਹ ਠੀਕ ਹੋ ਗਿਆ।
ਅਸੀਂ ਤਾਂ ਵਾਰ ਵਾਰ ਇਹ ਚੈਲੰਜ ਦੁਹਰਾਉਂਦੇ ਰਹਿੰਦੇ ਹਾਂ ਕਿ ਜਿਹੜੀ ਵੀ ਬਿਮਾਰੀ ਦਾ ਜਿੱਥੋਂ ਵੀ ਇਲਾਜ ਕਰਨ ਦਾ ਕੋਈ ਦਾਵਾ ਕਰਦਾ, ਚਾਹੇ ਉਹ ਕਿਸੇ ਜਗ੍ਹਾ 'ਤੇ ਖੂਹ 'ਤੇ ਕਰਦਾ, ਚਾਹੇ ਕੋਈ ਬਾਬਾ ਕਰਦਾ, ਕਿ ਮਰੀਜ਼ ਅਸੀਂ ਦੇਵਾਂਗੇ ਟੈਸਟਡ ਕਰਕੇ ਹੋਸਪਿਟਲ ਤੋਂ, ਡਾਕਟਰਾਂ ਤੋਂ ਟੈਸਟ ਕਰਕੇ ਰਿਪੋਰਟਾਂ ਦੇਵਾਂਗੇ, ਅਤੇ ਉਸ ਮਰੀਜ਼ ਨੂੰ ਜੋ ਇਹ ਕਹਿੰਦੇ ਆ ਅਜਿਹੀਆਂ ਕਾਰਵਾਈਆਂ ਕਰਨ ਤੋਂ ਬਾਅਦ ਉਹਦੀਆਂ ਦੁਬਾਰਾ ਬਕਾਇਦਾ ਮੈਡੀਕਲ ਜਾਂਚ ਹੋਵੇਗੀ। ਅਗਰ ਉਹ ਅਜਿਹੀ ਜਾਂਚ ਦੇ ਵਿੱਚ ਸਫਲ ਹੋ ਜਾਂਦੇ ਆ ਇਲਾਜ ਕਰਨ ਦੇ ਵਿੱਚ, ਤਾਂ ਤਰਕਸ਼ੀਲ ਸੁਸਾਇਟੀ ਨੇ 1984 ਤੋਂ ਲੈ ਕੇ ਇਨਾਮ ਰੱਖਿਆ, ਜਿਹਦੀ ਅੱਜ ਕੱਲ੍ਹ ਰਾਸ਼ੀ ਆ ਉਹ ਪੂਰਾ 5 ਲੱਖ ਆ। ਇਹੋ ਜਿਹੀਆਂ ਹੋਰ ਸੰਸਥਾਵਾਂ ਵੀ ਸੁਸਾਇਟੀ ਵਰਗੀਆਂ ਬਾਕੀ ਸਟੇਟਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਕੰਮ ਕਰਦੀਆਂ, ਅਗਰ ਜੇ ਸਾਰਿਆਂ ਦੇ ਇਨਾਮ ਨੂੰ ਮਿਲਾ ਲਈਏ ਤਾਂ ਰਾਸ਼ੀ 1 ਕਰੋੜ ਤੋਂ ਵੱਧ ਜਾਂਦੀ ਹੈ। ਅਤੇ ਅਸੀਂ ਅਜਿਹੇ ਬਾਬਿਆਂ ਨੂੰ ਵਾਰ ਵਾਰ ਕਹਿੰਦੇ ਰਹਿੰਦੇ ਹਾਂ ਕਿ ਤੁਸੀਂ ਅਜਿਹੀ ਕਰੋੜਾਂ ਰੁਪਏ ਦੀ ਰਾਸ਼ੀ ਪ੍ਰਾਪਤ ਕਰੋ, ਅਗਰ ਤੁਹਾਡੇ ਕਿਸੇ ਜਗ੍ਹਾ 'ਚ ਜਾਂ ਬਾਬੇ ਦੇ ਵਿੱਚ ਅਜਿਹੀ ਸ਼ਕਤੀ ਹੈ। ਅਤੇ ਨਾਲ ਦੀ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਲਾਈ ਅਲੱਗ ਲੋਕ ਜਿਹੜੇ ਇੱਧਰ ਨੂੰ ਵਹੀਰਾਂ ਘੱਤਦੇ ਆ, ਉਹ ਪਹਿਲਾਂ ਇਹਨਾਂ ਚੀਜ਼ਾਂ ਦੀ ਪਰਖ ਕਰ ਲਿਆ ਕਰਨ। ਸਾਡਾ ਤਜਰਬਾ ਇਹ ਵੀ ਕਹਿੰਦਾ ਕਿ ਬਹੁਤ ਸਾਰੇ ਮਰੀਜ਼ ਜਿਹੜੇ ਇਹਨਾਂ ਥਾਵਾਂ 'ਤੇ ਜਾਣ ਤੋਂ ਬਾਅਦ ਕੁਛ ਸਮੇਂ ਲਈ ਦਵਾਈ ਛੱਡ ਦਿੰਦੇ ਆ, ਅਤੇ ਫਿਰ ਉਹਨਾਂ ਨੂੰ ਲਗਾਤਾਰ ਵੱਡੇ ਹੋਸਪਿਟਲਾਂ ਤੋਂ ਆਪਣਾ ਜਿਹੜਾ ਇਲਾਜ ਆ ਉਹ ਵੀ ਕਰਵਾਉਣਾ ਪੈਂਦਾ। ਜਾਣੀ ਮਾਨਸਿਕ ਤੌਰ 'ਤੇ ਕਿਸੇ ਨੂੰ ਬਿਮਾਰੀ ਪਹਿਲਾਂ ਨਹੀਂ ਵੀ ਹੈ, ਉਹਨੂੰ ਲੱਗਦਾ ਕਿ ਮੈਨੂੰ ਹੋਵੇ ਨਾ, ਉਹੋ ਜਿਹਾ ਮਰੀਜ਼ ਇਹੋ ਜਿਹੀ ਥਾਂ 'ਤੇ ਜਾ ਕੇ ਇੱਕ ਰਾਹਤ ਮਹਿਸੂਸ ਕਰ ਸਕਦਾ ਵੀ ਮੈਂ ਹੁਣ ਇਸ ਜਗ੍ਹਾ 'ਤੇ ਆ ਗਿਆ ਜਿਹਦੇ ਬਾਰੇ ਬਹੁਤ ਜ਼ਿਆਦਾ ਪ੍ਰਚਾਰ ਸੀ ਕਿ ਇੱਥੋਂ ਠੀਕ ਹੁੰਦੇ ਆ। ਅਸੀਂ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਵਾਈਡ ਹੋਈ ਜਿਹੜੀ ਵਾਇਰਲ ਹੋਈ ਹੋਈ ਵੀਡੀਓ ਦੇਖੀ ਆ, ਉਹ ਬਾਬਾ ਖੁਦ ਕਹਿ ਰਿਹਾ ਕਿ ਕੁਛ ਠੀਕ ਹੋ ਜਾਂਦੇ ਕੁਛ ਨਹੀਂ ਹੁੰਦੇ। ਸੋ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਉਹਦੇ ਪ੍ਰਬੰਧਕਾਂ ਨੂੰ ਵੀ ਅਗਰ ਅਜਿਹੀ ਉੱਥੇ ਸ਼ਕਤੀ ਹੈ ਤਾਂ ਹਸਪਤਾਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ ਦਾਖਲ ਹੈ ਜਿਨ੍ਹਾਂ ਦਾ ਕਰੋੜਾਂ ਲੱਖਾਂ ਰੁਪਈਆ ਜਿਹੜਾ ਹੈ ਉਹ ਵਿਅਰਥ ਜਾ ਰਿਹਾ। ਸੋ ਉਹ ਜੇ ਇਸ ਗੱਲ ਦਾ ਦਾਅਵਾ ਕਰਦੇ ਆ ਉਹਨਾਂ ਨੂੰ ਠੀਕ ਕਰਨ ਦਾ, ਤਾਂ ਲਾਜ਼ਮੀ ਉਹ ਉਹਨਾਂ ਦਾ ਫਾਇਦਾ ਕਰਨ, ਨਹੀਂ ਉਹ ਅਜਿਹਾ ਪ੍ਰਚਾਰ ਬੰਦ ਕਰਨ। ਅਤੇ ਸੋਸ਼ਲ ਮੀਡੀਆ ਨੂੰ ਵੀ ਸਾਡੀ ਬੇਨਤੀ ਹੈ ਕਿ ਉਹ ਵੀ ਅਜਿਹੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੀਆਂ ਟੈਸਟ ਰਿਪੋਰਟਾਂ, ਚਾਹੇ ਬਕਾਇਦਾ ਉਹਨਾਂ ਕੋਲ ਇਹ ਕਪੈਸਿਟੀ ਹੁੰਦੀ ਆ ਕਿ ਉਹ ਕਿਸੇ ਮੈਡੀਕਲ ਕਾਲਜ ਨੂੰ ਹੋਸਪਿਟਲ ਨੂੰ ਇਹ ਕਹਿ ਸਕਦੇ ਆ, ਬੇਨਤੀ ਕਰ ਸਕਦੇ ਆ ਕਿ ਇਹਦੇ ਪਾਣੀ ਦੀ ਜਾਂਚ ਕੀਤੀ ਜਾਵੇ, ਇਹਦੇ ਵਿੱਚ ਜੋ ਕੁਝ ਵੀ ਪਾਇਆ ਜਾ ਰਿਹਾ ਉਹਦੀ ਜਾਂਚ ਕੀਤੀ ਜਾਵੇ, ਜਾਂਚ ਕਰਵਾ ਕੇ ਹੀ ਉਸ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਜਾਵੇ। ਨਹੀਂ ਹੁੰਦਾ ਇਹ ਆ ਕਿ 5 ਮਿੰਟ ਦੀ ਕੋਈ ਵੀਡੀਓ ਵਾਇਰਲ ਹੁੰਦੀ ਆ, 4.5 ਮਿੰਟ ਉਸ ਅੰਧ ਵਿਸ਼ਵਾਸ ਦੀ ਗੱਲ ਹੁੰਦੀ ਰਹਿੰਦੀ ਆ, ਅਤੇ ਪਿੱਛੋਂ ਜਾ ਕੇ 20-25-30 ਸੈਕਿੰਡ ਇਹ ਹੁੰਦਾ ਵੀ ਸ਼ਾਇਦ ਇਹ ਅੰਧ ਵਿਸ਼ਵਾਸ ਹੀ ਹੋਵੇ, ਜਿਹਦੇ ਨਾਲ ਕੀ ਆ ਉਹ 4.5 ਮਿੰਟ ਦੀ ਕਵਰੇਜ ਆ ਜਿਹੜੀ ਉਹ 1.5 ਮਿੰਟ ਨਾਲੋਂ ਹਮੇਸ਼ਾ ਹੀ ਉੱਪਰਦੀ ਰਹਿੰਦੀ ਆ। ਅਤੇ ਲਾਈ ਅਲੱਗ ਮਾਨਸਿਕਤਾ ਵਾਲੇ ਲੋਕ ਆ ਜਿਹੜੇ ਉਹ ਉੱਥੇ ਲਗਾਤਾਰ ਭੀੜਾਂ ਦੇ ਰੂਪ 'ਚ ਜਾਂਦੇ ਰਹਿੰਦੇ ਆ। ਉੱਥੇ ਦੇਖੋ ਅਸੀਂ ਤਾਂ ਇਹ ਇਸ ਤੁਹਾਡੇ ABP ਚੈਨਲ ਦੇ ਜ਼ਰੀਏ ਇਹ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਉੱਥੇ ਜੋ ਕੁਝ ਵੀ ਹੋ ਰਿਹਾ ਜਿਸ ਕਿਸੇ ਦਾ ਵੀ ਉਹ ਦਾਅਵਾ ਕਰਦੇ ਆ, ਪ੍ਰਸ਼ਾਸਨ ਉਸ ਨੂੰ ਉਸ ਦੀ ਜਾਂਚ ਕਰਾਵੇ, ਅਤੇ ਅਸੀਂ ਉਸ ਦੇ ਨਾਲ ਜੇ ਕੋਈ ਉਹ ਦੂਜੀ ਸ਼ਕਤੀ ਦਾ ਜਾਂ ਪ੍ਰਗਟਾਵਾ ਕਰਨ ਦੀ ਗੱਲ ਕਰਨਗੇ ਜਿਹਦੇ ਨਾਲ ਕੋਈ ਉਹ ਅਧਿਕ ਸ਼ਕਤੀਆਂ ਦੀ ਗੱਲ ਕਰਦੇ ਆ, ਉਹਨੂੰ ਪਰਖਣ ਦੇ ਲਈ ਅਸੀਂ ਬੈਠੇ ਹਾਂ। ਨਹੀਂ ਉਹਨਾਂ ਸਾਰੀਆਂ ਗੱਲਾਂ ਦੀ ਜੋ ਕੁਛ ਵੀ ਉੱਥੇ ਆ, ਜੇ ਉਹ ਕਹਿੰਦੇ ਵੀ ਉਹਦੀ ਹਵਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆ, ਜੇ ਉਹ ਕਹਿੰਦੇ ਉਸ ਖੂਹ ਦੇ ਪਾਣੀ ਦੇ ਵਿੱਚ ਕੋਈ ਇਹੋ ਜਿਹੀ ਗੱਲ ਆ, ਤਾਂ ਉਹਦੀ ਬਕਾਇਦਾ ਤੌਰ 'ਤੇ ਜਿਹੜੀ ਮੈਡੀਕਲ ਜਾਂਚ ਆ ਉਹ ਹੋਣੀ ਚਾਹੀਦੀ ਆ। ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਉਹ ਸਾਰੇ ਸਮਾਜ ਨੂੰ ਦੱਸੇ। ਅਸੀਂ ਤੁਹਾਡੇ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਹਾਂ ਕਿ ਅਜਿਹੀਆਂ ਥਾਵਾਂ ਅੰਧ ਵਿਸ਼ਵਾਸ ਫੈਲਾਉਣ ਤੋਂ ਵੱਧ ਕੁਝ ਵੀ ਨਹੀਂ ਹੁੰਦੀਆਂ।